ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਜੁਮੇਰਾਤ ਦਾ। ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮਵਰ ਨੌਜਵਾਨ ਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮਲਕ ਰਹਿਮਾਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ ਬਾਈ ਰਹਿਮਾਨ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 5 ਖੂਬਸੂਰਤ ਮੁਨਾਸਬ ਕੀਮਤ ਜਾਨਵਰ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 15-16 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਕਮ ਅਜ਼ ਕਮ ਕੀਮਤ ਹੈ ਜੀ 2,25,000 ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਬਾਈ ਰਹਿਮਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਬਾਈ ਰਹਿਮਾਨ ਸਾਹਿਬ ਕੀ ਹਾਲ ਹੈ? ਠੀਕ ਹੋ? ਠੀਕ ਠਾਕ ਬਾਈ ਸਾਹਿਬ, ਤੁਸੀਂ ਸੁਣਾਓ? ਠੀਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਬੜਾ ਕਰਮ ਹੈ। ਸਿਲਸਿਲਾਵਾਰ ਵੀਡੀਓ ਵਿੱਚ ਸ਼ੌਕ ਅੱਛਾ ਕਰਵਾਉਂਦੇ ਹੋ, ਜਾਨਵਰ ਅੱਜ ਵੀ ਨਸਲੀ ਨੇ। ਇਨਸ਼ਾਅੱਲਾ ਉਮੀਦ ਕਰਨਾ ਕਿ ਰੇਟ ਵੀ ਅੱਛੇ ਹੁੰਦੇ। ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਤਹਿਸੀਲ ਪਸੂਰ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਮ ਗੁਰਚੰਦਰ, ਸਿਆਲਕੋਟ ਟੂਰੇ ਵਾਲੇ ਚੌਂਕ ਤੋਂ ਰੋਡ ਹੁੰਦਾ ਮਹਾਰਾਜ ਕੇ 1.5 ਘੰਟਾ ਲੱਗਦਾ। ਮਹਾਰਾਜ ਕਹਿੰਦੇ 1.5 ਤੋਂ 2 ਕਿਲੋਮੀਟਰ ਦੇ ਪਿੰਡ ਨੇ ਗੁਰਚੰਦਰ, ਜਿਹੜੇ ਭਰਾ ਜ਼ਫਰਵਾਲ ਸ਼ਕਰਗੜ੍ਹ ਵੱਲ ਨੂੰ ਜਾਂਦੇ ਨੇ ਉਹ ਵੀ ਕਿੰਗਰੇ ਰੋਡ ਦੇ ਨੇ ਜ਼ਫਰਵਾਲ ਤੋਂ। ਮਹਾਰਾਜ ਕਹਿੰਦੇ 2 ਕਿਲੋਮੀਟਰ ਦੇ ਪਿੰਡ ਗੁਰਚੰਦਰ ਖੜਾ ਕੀ ਅੱਜ ਖੜਾ ਚਸ ਆਏ ਦੀ ਮੇਰੇ ਨਾਲ ਜਾਨ ਹੋਣ ਲੱਗੀ। ਜਾਨ ਸੁਣ ਲਈ ਫਿਰ ਸ਼ੋਕ ਕਰਵਾਨੇ। ਹਾਂਜੀ ਫੇਰ ਕਰਾ। ਨੰਬਰ 1 ਆ ਗਈ ਭਾਈ ਜਨ, ਜ਼ਰਾ ਸਿੱਧੀ ਕਰਿਓ ਜੀ। ਭਾਈ ਰਹਿਮਾਨ ਸਾਹਿਬ ਕਿੰਨਵਾਂ ਸੁਆ ਸੂਈ ਹੈ ਜੀ? ਭਾਈ ਫਰਾਂ ਪਹਿਲਾਂ ਸੁਆ ਪਹਿਲਾਂ ਮਾਸ਼ਾਅੱਲਾ ਜੀ ਕਿਦਾਂ ਦੀ ਸੂਈ ਹੈ? 10-12 ਦਿਨ ਹੋ ਗਏ। 12 ਦਿਨ ਹੋ ਗਏ ਮਾਸ਼ਾਅੱਲਾ ਜੀ ਸੁਆ ਪਹਿਲਾਂ ਸੂਈ ਹੈ। ਭਾਈ ਜਨ ਪਰਤਾ ਕੇ ਲਿਆਓ ਜ਼ਰਾ। ਐ ਵੀ ਮੋਨੀ ਹੈ, ਅੱਖ ਵੀ ਮੋਟੀ ਹੈ ਜੀ ਮਾਸ਼ਾਅੱਲਾ ਜੀ। ਭਾਈ ਖਿਲਾ ਰਿਹਾ ਜ਼ਰਾ ਚਿਹਰਾ ਸਾਹਮਣੇ ਕਰਿਓ, ਬੋਧੀ ਵੀ ਦੋਸਤਾਂ ਵੇਖ ਲੈਣੀ ਹੈ ਕਿੰਨੇ ਦੰਦ ਹੈ ਭਾਈ ਜਨ। ਚੌਕੀ ਭਾਈ 4 ਦੰਦ ਮਾਸ਼ਾਅੱਲਾ ਜੀ। ਐ ਵੀ ਸੌ ਹੋਏ ਜੀ, ਦੰਦ ਵੀ ਦੋਸਤਾਂ ਵੇਖ ਲੈਣੇ ਨੇ ਚੌਕੀ। ਠੀਕ ਹੈ, ਐ ਚੈੱਕ ਕਰੋ ਜੀ ਭਾਈ ਰਹਿਮਾਨ ਸਾਹਿਬ ਵੀ ਸ਼ਰਾਬ ਚੈੱਕ ਕਰਵਾਉਂਦੇ ਨੇ ਪੇ। ਦੁੱਧ ਕਿੰਨਾ ਕਿਹਦੇ ਕੋਲ ਜਰਸੀ ਤੇ ਚੁਲਸਤਾਨੀ ਮਜ਼ਬੂਤ ਗਰਾਸ ਚਿਹਰਾ ਦੋਸਤਾਂ ਫਿਰ ਵੇਖਣਾ। ਦੁੱਧ ਵੀ ਇਨਸ਼ਾਅੱਲਾ ਫੈਟ ਵਾਲਾ ਗਾੜਾ ਹੋਏਗਾ, ਦੁੱਧ ਦੀ ਰੰਗਤ ਵੀ ਸਫੇਦ ਹੋਏਗੀ। ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 12 ਕਿਲੋ ਜਾ ਕੇ ਪਿੱਛੇ ਦੇ ਵੱਛੀ ਕਰਮ ਵਾਲੀ ਹੈ ਵੀ ਦੋਨੇ, ਆਪੀ ਵੀ ਵੱਛੀ ਤੇ ਪਿੱਛੇ ਵੀ ਵੱਛੀ ਚੈੱਕ ਕਰਵਾਇਆ ਥੋੜਾ ਜਾ। ਇਹ ਪਿੱਛੇ ਵੱਛੀ ਹੈ ਮਾਸ਼ਾਅੱਲਾ ਜੀ। ਠੀਕ ਜੀ ਭਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ? ਵੈਟ ਨੰਬਰ 1 ਦਾ ਸੋਨਾ ਜੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਦੁੱਧ ਦੀ ਰੰਗਤ ਤੇ ਭਾਈ ਅਬੈਦ ਸਾਹਿਬ ਚੈੱਕ ਕਰਵਾਉਣ ਲੱਗੇ ਨੇ, ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਸੋਹਣੇ ਮੁੱਠੀ। ਆ ਭਾਈ ਸਾਹਮਣੇ ਕਰਿਓ ਜ਼ਰਾ, ਇਹ ਚੈੱਕ ਕਰੋ ਜੀ ਫੁੱਲ ਸਫੇਦ ਰੰਗਤ ਮਾਸ਼ਾਅੱਲਾ ਜੀ, ਬਿਹਤਰ ਹੋ ਗਿਆ ਜੀ ਭਾਈ ਰਹਿਮਾਨ ਸਾਹਿਬ। ਭਾਈ ਫਰਾਜ ਵੇਖਣੀ ਵੱਛੀ ਬਰੀਕ ਕਿੰਨੀ ਹੈ। ਠੀਕ ਹੈ ਜੀ, ਇਹ ਥਾਣੀ ਦੋਸਤਾਂ ਫਿਰ ਚੈੱਕ ਕਰਨੇ ਨੇ ਮਾਸ਼ਾਅੱਲਾ ਜੀ। ਲਓ ਜੀ ਭਾਈ ਰਹਿਮਾਨ ਸਾਹਿਬ ਰੇਟ ਦਾ ਕੀ ਹੈ ਜੀ? ਭਾਈ ਫਰਾਜ ਗਾਵਾਂ ਜਿੰਨੀਆਂ ਵੀ ਨੇ ਨਾ ਜੀ, ਗਰਮੀ ਕੋਈ ਗਾਈ ਨਹੀਂ ਕਰੇ, ਕਿਸੇ ਦੇ ਘਰ ਗਈ ਵੀ ਗਰਮੀ ਕਰੇ ਗਾਈ ਵਾਪਸ, ਤੇ ਰੇਟ ਹੋਣ ਦੇ ਭਾਈ ਫਰਾਜ ਹਾਂ ਨਾ ਵਾਲੇ, ਤੇ ਜਿਹੜਾ ਦੋਸਤ ਬਿਆਨਾ ਕਰਾਏ ਡੰਗਰ ਉਹਦਾ 3,05,000 3,05,000 ਲਾਜ਼ਮੀ ਜ਼ਰੂਰੀ ਹੈ ਜਾਂ ਮਾਈਨਸ ਹੋਈ ਇਹਦਾ? 2,95,000 ਜ਼ਿੰਦਾਬਾਦ A1 ਹੋ ਗਿਆ ਮਾਸ਼ਾਅੱਲਾ ਜੀ। ਚਿਹਰਾ ਦੋਸਤਾਂ ਫਿਰ ਵੇਖਣਾ, ਅਸਿੰਘ ਹੈ ਹਲਕਾ ਜਿਹਾ ਜਾਂ ਮੁੰਨੀ ਹੈ? ਹਲਕਾ ਜਿਹਾ ਮਾਸ਼ਾਅੱਲਾ ਜੀ। ਠੀਕ ਹੈ ਜੀ, ਜਰਸੀ ਤੋਂ ਚੁਲਸਤਾਨੀ ਗਰਾਸ ਵੱਛੀ ਵੀ ਦੋਸਤਾਂ ਵੇਖ ਲੈਣੀ ਕਰਮਲੀਆਂ ਵੀ ਦੋਨੇ, ਕੀਮਤ ਡਿਮਾਂਡ 2,95,000।
ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਗੱਬਣ ਹੈ ਭਾਈ ਆ ਮੈਂ ਐਸੇ ਥੇਟਰ ਤੋਂ ਜ਼ਰਾ ਲੰਮੀ ਵਾਰ ਬਾਰੀ ਗੱਬਣ ਹੈ ਤੇ ਭਾਈ ਫਰਾਜ ਮਾਜੀ ਆ ਲੋ ਇਹਨੂੰ ਠੀਕ ਹੈ ਗਾਂ ਦੀ ਗਾਂ ਵੇ ਮੱਜ ਦੀ ਮੱਜੇ ਥਾਣਵੀ ਸੋਹਣੇ ਪਾਵਰਫੁਲ ਦੋਰੇ ਮੱਜਾਂ ਦੇ ਲੱਗੇ ਨੇ ਐ ਵੀ ਸਿਹਤਮੰਦ ਦੇ ਲਿਬਾਸ ਦੋਸਤਾਂ ਚੈੱਕ ਕਰਵਾ ਦਿੰਦੀ ਆ ਫਿਲਹਾਲ ਕੱਚੀ ਹੈ ਦਿਨ ਕਿੰਨੇ ਕੁ ਲੈ ਰਹੀ ਹੈ ਭਾਈ ਰਹਿਮਾਨ ਸਾਹਿਬ ਭਾਈ ਫਰਾਜ 7 ਦਿਨ ਲੈਂਦੇ ਆ 7 ਤੋਂ 8 ਦਿਨ ਮਾਸ਼ਾਅੱਲਾ ਜੀ ਸਵਾ ਦੂਸਰਾ ਵੇ ਦੂਸਰਾ ਸੁਣਿਆ ਠੀਕ ਹੈ ਜੀ ਪੁੱਠਾ ਵੀ ਦੋਸਤਾਂ ਵੇਖਣਾ ਚੰਗਾ ਚੋੜਾ ਮੱਜਾਂ ਦਾ ਲਿਖਾ ਪੁੱਠਾ ਬਰੀਕ ਪਸ਼ਮ ਦਿਨ ਭਾਈ ਜਰਾ ਦੱਸਿਆ ਨੇ ਤਕਰੀਬਨ 7 ਤੋਂ 8 ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ ਭਾਈ ਯਾਰ ਕਿਹੜੀ ਟੋਰ ਕੇ ਲਿਆ ਹੋਣਾ ਜਰਾ ਮਾਸ਼ਾ ਦੇਖਣਾ ਭਾਈ ਫਰਾਜ ਕਿਹਨਾਂ ਦਾ ਇਹ ਚੈੱਕ ਕਰੋ ਜੀ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਸੋਹਣੇ ਦੋਰੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਕੀ ਨਸਲ ਹੈ ਭਾਈ ਰਹਿਮਾਨ ਸਾਹਿਬ ਦੀ ਭਾਈ ਫਰਾਜ ਪਾਕਿਸਤਾਨ ਦਾ ਬ੍ਰਾਂਡ ਪਾਕਿਸਤਾਨ ਦਾ ਬ੍ਰਾਂਡ ਸਾਈਵਾਲ ਸਾਈਵਾਲ ਕ੍ਰਾਸ ਹੈ ਸਾਈਵਾਲ ਪਿਓਰ ਸਾਈਵਾਲ ਨੇ ਵਿੱਚ ਕ੍ਰਾਸ ਹੀ ਦੱਸੋਗੇ ਤਾਂ ਹਾਂਜੀ ਜਰਸੀ ਕ੍ਰਾਸ ਜਰਸੀ ਤੇ ਸਾਈਵਾਲ ਲਿਆਓ ਭਾਈ ਫਿਰ ਤਾਂ ਅੱਗੇ ਮਜ਼ਬੂਤ ਕ੍ਰਾਸ ਹੈ ਪੁੱਠਾ ਵੀ ਦੋਸਤਾਂ ਵੇਖਣਾ ਗੱਬਣ ਨੇ ਮਾਸ਼ਾਅੱਲਾ ਜੀ ਸੁਆ ਦੂਸਰਾ ਸੋਹਣਾ ਚਿਹਰਾ ਵੀ ਦੋਸਤਾਂ ਚੈੱਕ ਕਰਵਾ ਦਿੰਦੇ ਆ ਪਛਮੇ ਥਣ ਬੜੇ ਸੋਹਣੇ ਲੱਗੇ ਨੇ ਹਲਕੀ ਜੀ ਭਾਈ ਜਾਨ ਟੋਰ ਕੇ ਲੈ ਚੱਲੋ ਦਿਨ ਤਕਰੀਬਨ 7 ਤੋਂ 8 ਦਿਨ ਦੀ ਵੈਸੇ ਸਭ ਸਿੱਧੀ ਲੰਮੀ ਟੋਰੋ ਜ਼ਰਾ ਅਗੂ ਲਿਆਓ ਤੁਸੀਂ ਨੰਬਰ ਦੇਣ ਵਾਲੀ ਮੂੰਹ ਭਾਈ ਫਰਾਜ ਛੋਟਾ ਜਿਹਾ ਮੱਛੀ ਦਾ ਬਿਲਕੁਲ ਹਾਂਜੀ ਕਰਵਾਇਆ ਜ਼ਰਾ ਮੂੰਹ ਚੈੱਕ ਕਰਵਾਇਆ ਸਭ ਨੇ ਠੀਕ ਵੇਖਣੀ ਹੈ ਤਾਂ ਇਹ ਵੀ ਚੁੰਗੀ ਇੱਕ ਚਮਕ ਵੇਖਣੀ ਹੈ ਮੱਛੀ ਦੀ ਕਿੰਨੀ ਆ ਬਿਲਕੁਲ ਜੀ ਬਰੀਕ ਪਛਮੇ ਬਰੀਕ ਪਛਮੇ ਚਮਕ ਬੜੀ ਹੈ ਬੰਨੋ ਭਾਈ ਬਸ ਜੀ ਭਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 2 ਦਾ ਭਾਈ ਫਰਾਜ ਵੈੜੀ ਕੱਚੀ ਹੈ ਤੇ ਕੱਚਾ ਹੀ ਮੁੱਲ ਲਾਣਾ ਤੇ ਹਾਂ ਨਾਲ ਹੀ ਗੱਲ ਹੋ ਮੁੱਲੂ ਬੇਕੀਮਤੀ ਹੈ ਜੇ ਹਿਸਾਬ ਨਾਲ ਲੱਭੀ ਹੈ ਰੇਟ ਉਸ ਹਿਸਾਬ ਨਾਲ ਜੇ ਗਾਈ ਦੇ ਮੁੱਲ ਨੂੰ ਜਾਈਏ ਗਾਈ 3 ਲੱਖ ਰੁਪਈਏ ਦੀ ਹੈ ਵੈੜੀ 2,60,000 ਦੀ ਹਾਂ ਨਾ 2,60 2,60,000 ਜ਼ਿੰਦਾਬਾਦ A1 ਹੋ ਗਿਆ ਮਾਸ਼ਾਅੱਲਾ ਜੀ ਆਈਡੀ ਵੀਡੀਓ ਦਾ ਗੱਬਨ ਦਾ ਰੇਟ ਹੈ ਕੀਮਤ 2,60 ਭਾਈ ਵੈਸ ਸਾਹਿਬ ਜਾਨਵਰ ਅਗਲਾ ਰੈਡੀ ਕਰ ਲਿਆ ਕਰੋ ਮਿਹਰਬਾਨੀ ਗਿਆ ਕੀ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਕਾਲੇ ਥਣ ਲੱਗੇ ਨੇ ਪਹਿਲੇ ਨੇ ਜੀ ਕਿਦਨ ਦੀ ਸੂਈ ਹੈ ਰਾਤ ਦੀ ਸੂਈ ਹੈ ਮਾਸ਼ਾਅੱਲਾ ਜੀ ਸੁਬਾ ਪਹਿਲਾਂ ਚੁਆਈ ਫਿਰ ਇੱਕ ਹੀ ਕੀਤੀ ਹੈ ਪਹਿਲੀ ਚੁਆਈ 'ਚ ਕਿੰਨੀ ਕੁ ਬੋਲੀ ਕੱਢੀ ਹੈ ਜੀ 5 ਤੋਂ 5.5 ਕਿਲੋ ਪਹਿਲੀ ਚੁਆਈ 'ਚ ਬੋਲੀ ਕੱਢੀ ਮਾਸ਼ਾਅੱਲਾ ਜੀ ਪਹਿਲਨ ਹੋ ਕੇ ਸੋਹਣੇ ਕਾਲੇ ਮੁੱਠੀ ਥਣ ਲੱਗੇ ਨੇ ਇਹ ਵੀ ਸਾਊ ਹੈ ਇਹ ਚੈੱਕ ਕਰੋ ਜੀ ਜਾ ਉੱਧਰ ਸਾਈਡ 'ਤੇ ਵੇ ਸ਼ਰਾਫਤ ਵੇਖਣੀ ਤੇ ਸੋਹਣੇ ਮੁੱਠੀ ਥਣ ਨੇ ਪਹਿਲਨ ਭਾਈ ਫਰਾਜ ਕਰਮਾਲੀ ਨੇ ਦਿੱਤੀ ਵੀ ਵੱਛੀ ਹੈ ਤੇ ਜਰਸੀ ਵੱਛੀ ਦਿੱਤੀ ਹੈ ਠੀਕ ਹੈ ਭਾਈ ਲੈ ਆਉਂਦਾ ਲੰਮੀ ਟੋਰ ਕੇ ਚਮਕ ਤੇ ਬਰੀਕੀਆਂ ਵੱਛੀਆਂ ਦੀਆਂ ਵੇਖਣੀਆਂ ਨੇ ਪ੍ਰਿੰਟ ਜ਼ਬਰਦਸਤ ਹੈ ਬਰੀਕ ਪਛਮੇ ਪ੍ਰਿੰਟ ਦੀ ਸ਼ਾਈਨੀ ਦੀ ਚਮਕ ਵੀ ਦੋਸਤਾਂ ਚੈੱਕ ਕਰਨੀ ਹੈ ਪਹਿਲਨ ਹੋ ਗਿਆ ਵੀ ਸਾਊ ਹੈ ਸ਼ਰਾਫਤ ਵੀ ਦੋਸਤਾਂ ਚੈੱਕ ਕਰਵਾ ਦਿੱਤੀ ਹੈ ਰਾਤ ਦੀ ਸੂਈ ਹੈ ਤੇ ਪਹਿਲੀ ਚੁਆਈ 'ਚ ਕੋਈ 5-5.5 ਕਿਲੋ ਬੋਲੀ ਕੱਢੀ ਹੈ ਪਿੱਛੇ ਤੇ ਵੱਛੀ ਕਰਮਾਲੀਆਂ ਇਹ ਵੀ ਦੋ ਇਹ ਵੱਛੀ ਹੈ ਜੀ ਬਾਈ ਅਬ ਇਸ ਵੱਛੀ ਦਾ ਚਿਹਰਾ ਸਾਹਮਣੇ ਕਰੋ ਜ਼ਰਾ ਇਹ ਮਾਸ਼ਾਅੱਲਾ ਜੀ ਵੱਛੀ ਦਾ ਚਿਹਰਾ ਵੀ ਦੋਸਤਾਂ ਵੇਖ ਲੈਣਾ ਠੀਕ ਹੈ ਲਿਆਓ ਬਾਈ ਪ੍ਰਤਾਪ ਜੀ ਕਿੰਨੇ ਦਾ ਮੁੱਲ ਸਾਹਿਬ ਹੈ ਚੌਗੀ ਹੈ ਛਿੱਗੀ ਠੀਕ ਹੈ ਲੈ ਚਲੋ ਭਾਈ ਜਾਨ ਨਸਲ ਕੀ ਜੀ ਜਰਸੀ ਤੇ ਚੋਲਸਤਾਨੀ ਕ੍ਰਾਸ ਹੈ ਚੌਗੀ ਦੀ ਛਿੱਗੀ ਹੁੰਦੀ ਹੈ ਸੁਬਾ ਪਹਿਲਾਂ ਸੂਈ ਹੈ ਪਿੱਛੇ ਤੇ ਵੱਛੀ ਹੈ ਕਰਮ ਵਾਲੀਆਂ ਹੈ ਵੀ ਦੋ ਨੇ ਰਾਤ ਦੀ ਸੂਈ ਹੈ ਮਾਸ਼ਾਅੱਲਾ ਜੀ ਬੋਲੇ ਤੇ ਵੇ ਜੀ ਭਾਈ ਰਹਿਮਾਨ ਸਾਹਿਬ ਕੀ ਰੇਟ ਹੈ ਜੀ ਵੈਰ ਨੰਬਰ 3 ਦਾ ਜੀ ਜੀ ਸਵਾ ਦੋ ਪੱਕੀ ਗੱਲ ਏ ਚਲੋ ਜੀ ਮੰਨ ਲਿਆ ਜੀ ਕੋਲ ਹੀ ਹਲੇ ਇਹਨੇ ਸਮਝੋ ਕਿ ਪੈਕੇਜ ਹੀ ਆਈ ਦੀ ਵੀਡੀਓ ਦਾ ਕੀਮਤ 2,00,000 ਤੇ 10,000 ਪਹਿਲਨ ਜਰਸੀ ਤੇ ਚੋਲਸਤਾਨੀ ਕ੍ਰਾਸ ਪਿੱਛੇ ਵੱਛੀ ਚੌਗੀ ਤੋਂ ਛਿੱਗੀ ਹੁੰਦੀ ਹੈ ਬਈ ਅੱਗੇ ਭਾਈ ਵੈਸ ਲਿਆਓ ਜੀ ਨੰਬਰ 4 ਵਾਲੀ ਲੱਗਦਾ ਗਰਮੀ ਜ਼ਿਆਦਾ ਵੇ
ਗਿਆ ਕੀ ਮਾਸ਼ਾਅੱਲਾ ਜੀ ਨੰਬਰ 4 ਤੇ ਹੁਸਨ ਵੇਖਣੇ ਆ ਤਾਂ ਮਾਸ਼ਾਅੱਲਾ ਜੀ ਪੂਰੀ ਹੁਸਨ ਵਾਲੀ ਚੀਜ਼ ਹੈ ਸੂਈ ਹੈ ਜਾਂ ਗੱਬਣ ਹੈ ਕਿਨਵਾ ਸਵਾ ਸੂਈ ਹੈ ਜੀ ਚਾਰ ਦੰਦ ਚੰਗੀ ਖੂਬਸੂਰਤ ਅਸਲੀ ਤੇ ਨਸਲੀ ਪਹਿਲਾਂ ਨੇ ਚਾਰ ਦੰਦ ਦੇ ਲਿਬਾਸ ਦੋਸਤਾਂ ਵੇਖ ਲੈਣਾ ਪੁੱਠਾ ਵੀ ਚੈੱਕ ਕਰਵਾ ਦਿੰਦੇ ਆ ਸੇਮ ਇੱਕ ਹੀ ਕਲਰ ਵਿੱਚ ਕਿਦਨ ਦੀ ਸੂਈ ਹੈ ਮਲਕ ਸਾਹਿਬ ਹੈ ਕੱਲ ਦੀ ਸੂਈ ਹੈ ਬੋਲੇ ਤੇ ਮਾਸ਼ਾਅੱਲਾ ਜੀ ਇਹ ਵੀ ਸਾਊ ਇਹ ਮਾਸ਼ਾਅੱਲਾ ਜੀ ਓਏ ਹੰਦਲਾ ਸਾਈਡ ਤੇ ਪਹਿਲਾਂ ਹੋ ਕੇ ਸੋਹਣੇ ਮੁੱਠੀ ਤਨ ਲੱਗੇ ਨੇ ਥਣਾ ਦੀ ਵੰਡ ਵੀ ਪਿਆਰੀ ਹੈ ਕੱਲ ਦੀ ਸੂਈ ਹੈ ਚਾਰ ਦੰਦ ਦੇ ਪੂਰੀ ਹੁਸਨ ਵਾਲੀ ਚੀਜ਼ ਦੀ ਨਫਾਸਤ ਬੜੀ ਹੈ ਕੁਆਲਿਟੀ ਚੈੱਕ ਕਰਨੀ ਹੈ ਕਾਲੀਆਂ ਅੱਖਾਂ ਨੇ ਤੇ ਇਹ ਵੀ ਚੋਗੀ ਹਲਕਾ ਜਿਹਾ ਭਾਈ ਟੋਰ ਕੇ ਲਿਆਉਣਾ ਜੀ ਕਿੰਨਾ ਬੋਲਾ ਭਾਈ ਰਹਿਮਾਨ ਸਾਹਿਬ ਦੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਮੌਜੂਦਾ ਬੋਲਾ ਹੋਵੇ ਕੋਈ 13 ਤੋਂ 14 ਕਿਲੋ ਹੋਵੇ ਨਸਲ ਕੀ ਭਾਈ ਰਹਿਮਾਨ ਸਾਹਿਬ ਦੀ ਸਾਹੀਵਾਲ ਪਾਕਿਸਤਾਨ ਦਾ ਬ੍ਰਾਂਡ ਵੀ ਹੈ ਵਿੱਚ ਸਾਹੀਵਾਲ ਜਰਸੀ ਤੇ ਸਾਹੀਵਾਲ ਲਿਆਓ ਭਾਈ ਪ੍ਰਤਾਪ ਜੀ ਇਹ ਪੂਰੀ ਹੁਸਨ ਵਾਲੀ ਚੀਜ਼ ਹੈ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲਿਆਓ ਭਾਈ ਜਾ ਤੇ ਲਿਆਓ ਜਰਾ ਜਾ ਕੀ ਪਿੱਛੇ ਦੇ ਪਿੱਛੇ ਦੇ ਬੱਚਾ ਜੀ ਜਾ ਕੇ ਦੋਸਤਾਂ ਚੈੱਕ ਕਰਵਾ ਦੇ ਇਹ ਮਾਸ਼ਾਅੱਲਾ ਜੀ ਇਹ ਵੀ ਕੋਈ 24 ਘੰਟੇ ਹੋ ਗਏ ਨੇ ਪਿੱਛੇ ਨੂੰ ਠੀਕ ਹੈ ਜੀ ਕਰਿਆ ਜਰਾ ਸਿੱਧਾ ਇਹ ਮਾਸ਼ਾਅੱਲਾ ਜੀ ਪਿੱਛੇ ਦੇ ਬੱਚਾ ਵੀ ਜਾ ਵੀ ਦੋਸਤਾਂ ਵੇਖ ਲੈਣਾ ਬੱਚੇ ਦਾ ਭਾਈ ਚਿਹਰਾ ਵੀ ਚੈੱਕ ਕਰਵਾਇਆ ਤੇ ਬੰਨ ਵੀ ਚੈੱਕ ਕਰਵਾਇਆ ਬੱਚਾ ਵੀ ਖੂਬਸੂਰਤ ਹੈ ਮਾਸ਼ਾਅੱਲਾ ਜੀ ਕੀ ਗੱਲ ਹੈ ਮਲਸਾ ਬੱਚੇ ਨਹੀਂ ਬੁਲਾਇਆ ਜਾਂਦਾ ਪਿਆ ਇਹ ਮਾਸ਼ਾਅੱਲਾ ਜੀ ਬੱਚੇ ਦਾ ਚਿਹਰਾ ਵੀ ਦੋਸਤਾਂ ਵੇਖ ਲੈਣਾ ਬਿਹਤਰੀਨ ਹੋ ਗਿਆ ਜੀ ਬੰਨ ਵੀ ਚੈੱਕ ਕਰਨੀ ਲਾ ਚਲੋ ਜੀ ਭਾਈ ਬਸ ਸਾਊ ਬਣੀ ਹੈ ਮੰਗੇ ਤੋਂ ਬਗੈਰ ਠੀਕ ਹੈ ਜੀ ਕੋਈ ਤਾਂ ਉਲਟੀ ਸਾਈਡ ਤੋਂ ਤਸੱਲੀ ਕਰਵਾਉਣ ਲੱਗ ਪਏ ਬਿਲਕੁਲ ਸਾਊ ਤੁਹਾਡਾ ਮਤਲਬ ਹੈ ਕਿ ਜੇ ਨਹੀਂ ਜਲਦੀ ਵੀ ਤੁਹਾਨੂੰ ਲਾ ਲਈ ਨਹੀਂ ਨਹੀਂ ਲਾ ਚਲੋ ਸਾਊ ਮਾਸ਼ਾਅੱਲਾ ਜੀ ਭਾਈ ਨਾ ਉਲਟੀ ਸਾਈਡ ਤੋਂ ਤਸੱਲੀ ਕਰਵਾ ਦੀ ਪਿੱਛੇ ਦੇ ਬੱਚਾ ਆਵੇ ਬੋਲਾ ਤਕਰੀਬਨ ਕੋਈ 12 ਤੋਂ 13 ਕਿਲੋ ਜਰਸੀ ਤੇ ਸਾਈਵਾਲ ਗਰਾਸ ਪਹਿਲਨ ਵੈਡ 4 ਦਨ ਜੀ ਮਲਕ ਸਾਹਿਬ ਚੀਜ਼ ਸੋਹਣੀ ਜੇ ਤੇ ਰੇਟ ਵੀ ਸੋਹਣਾ ਜਾਈਏ ਰੇਟ ਵੀ ਸੋਹਣਾ ਹੀ ਹੋਏਦਾ ਭਾਈ ਫਰਾਜ ਵੈੜੀਆਂ ਸਾਰੀਆਂ ਦੀ ਚਮਕ ਵੇਖਿਓ ਤੇ ਖੂਬਸੂਰਤੀ ਇਹਦਾ ਹੁਸਨ ਹੈ ਨਫਾਸ ਤੇ ਭਾਈ ਲੈ ਉੱਪਰ ਤਾਂ ਆ ਕੇ ਜ਼ਰਾ ਕੀ ਰੇਟ ਇਹਦਾ ਭਾਈ ਫਰਾਜ 2,95,000 ਜੀ ਬਿਹਤਰ ਹੋ ਗਿਆ ਅੱਗੇ ਭਾਈ ਲਓ ਜੀ ਨੰਬਰ 5 ਵਾਲੀ ਨੰਬਰ 4 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 2,95,000 ਦਾ ਸਿੱਧੀ ਕਰਵਾਉਂ ਜ਼ਰਾ ਠੀਕ ਹੈ ਅੱਗੇ ਭਾਈ ਲਓ ਜੀ ਨੰਬਰ 5 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਆ ਗਈ ਅੱਜ ਦੀ ਵੀਡੀਓ ਦਾ ਤੋਹਫਾ ਹੈ ਰਵੇਲ ਕਾਫੀ ਹੈ ਹਾਈਟ ਵੀ ਦੋਸਤਾਂ ਵੇਖ ਲੈਣੀ ਹੈ ਪੂਰੀ ਮਾਸ਼ਾਅੱਲਾ ਜੀ ਅਸਲੀ ਤੇ ਨਸਲੀ ਚੀਜ਼ ਦੇ ਅੱਜ ਦੀ ਵੀਡੀਓ ਦਾ ਸ਼ੋ ਪੀਸ ਥਣ ਦੋਸਤੋ ਵੇਖਣੇ ਨੇ ਲਿਬਾਸ ਵੀ ਚੰਗਾ ਕੀਤਾ ਵੇ ਲੱਖ ਲੱਖ ਦਾ ਥਣ ਸੁਣਿਆ ਹੋਏਦਾ ਭਾਈ ਫਰਾਜ 2 ਲੱਖ ਦਾ ਆਵੇ ਲੱਖ ਲੱਖ ਦਾ 2 ਲੱਖ ਵਾਲਾ ਨਹੀਂ ਸੁਣਿਆ ਛੇ ਇਹ 2 ਲੱਖ ਵਾਲਾ ਲੱਖ ਲੱਖ ਵਾਲਾ ਥਣ ਸੁਣਿਆ ਹੋਵੇ ਤਾਂ ਭਾਈ ਰਹਿਮਾਨ ਸਾਹਿਬ ਕਹਿ ਰਹੇ ਨੇ ਇਹ ਵੈਣ ਨੂੰ ਜਿਹੜੇ ਥਣ ਲੱਗੇ ਨੇ ਲੱਖ ਲੱਖ ਵਾਲੇ ਨਹੀਂ ਇਹ 2 ਲੱਖ ਵਾਲੇ ਨੇ ਸੋਹਣੇ ਦੋਹਰੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਸੁਬਾ ਕਿਵੇਂ ਸੂਈ ਹੈ ਜੀ ਸੁਬਾ ਦੂਸਰਾ ਸੂਈ ਹੈ ਕਿਦਾਂ ਦੀ ਸੂਈ ਹੈ ਰਾਤ ਦੀ ਸੂਈ ਹੈ ਮਾਸ਼ਾਅੱਲਾ ਜੀ ਅਭੀ ਬੋਲੇ ਤੇ ਵੇ ਸਕਾਦਾ ਵਾਲੇ ਹਾਈਟ ਦੋ ਸਮੇਂ ਲੈ ਭਾਈ ਜਰਾ ਬਾਅਦ ਲਿਆਓ ਖੁੱਲੀ ਜਗ੍ਹਾ ਤੇ ਕਿੰਨਾ ਕੋਲਾ ਦੇ ਕੋਲ ਭਾਈ ਜਰਾ ਦੇ ਚੁਆਈ ਕੀ ਮੱਛੀ ਅੱਛਾ ਪਹਿਲੀ ਚੁਆਈ ਜੀ ਕਿੰਨੀ ਬੋਲੀ ਕੱਢੀ ਹੈ ਸਾਢੇ 8-9 ਕਿਲੋ ਪਹਿਲੀ ਚੁਆਈ ਚ ਬੋਲੀ ਕੱਢੀ ਹੈ ਰਾਤ ਦੀ ਸੂਈ ਹੈ ਸੁਬਾ ਦੂਸਰਾ ਵੇ ਕਾਦਾ ਵਾਲੇ ਹਾਈਟ ਵੀ ਚੰਗੀ ਹੈ ਰਵੇਲ ਵੀ ਕਾਫੀ ਹੈ ਭਾਈ ਆ ਵੈਸੇ ਇੱਧਰ ਲਿਆ ਕੇ ਜਰਾ ਲੰਮੀ ਕਰਿਓ ਨਸਲ ਕੀ ਜੇ ਦੀ ਜਰਸੀ ਫਰੀਜ਼ੀਅਨ ਦੇ ਵਿੱਚ ਡੱਚ ਦਾ ਟੱਚ ਵੀ ਹੈ ਵੇ ਰਵੇਲ ਵੀ ਕਾਫੀ ਮਾਸ਼ਾਅੱਲਾ ਜੀ ਹੈ ਵੀ ਕਾਦਾ ਵਰੇ ਬਰੀਕੀ ਵੇਖਣੀ ਇਹਨੂੰ ਫਸਲ ਤੇ ਕਰਨੀ ਮਾਸ਼ਾਅੱਲਾ ਜੀ ਪੂਰੀ ਸ਼ਾਨਦਾਰ ਅਸਲੀ ਤੇ ਨਸਲੀ ਵੈੜ ਹੈ ਜੀ ਜਾ ਕੀ ਪਿੱਛੇ ਦੇ ਬੱਚੀ ਇਹ ਪਿੱਛੇ ਦੇ ਬੱਚੀ ਨੌੜ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਬੱਚੀ ਹੈ ਨਾ ਬੱਚੀ ਹੈ ਤੂੰ ਵੰਨਾ ਨਹੀਂ ਖਾਣੀ ਨਹੀਂ ਚੈੱਕ ਕਰਾਣਾ ਆ ਚੈੱਕ ਕਰਾ ਮਾਸ਼ਾਅੱਲਾ ਇਹ ਬੱਚੀ ਦੇ ਥਾਣੇ ਦੋਸਤਾਂ ਵੇਖ ਲੈਣੇ ਠੀਕ ਅਲਗਾ ਜਾ ਭਾਈ ਟੋਰ ਕੇ ਲਿਆਓ ਜ਼ਰਾ ਜਰਸੀ ਫਰੀਜ਼ੀਅਨ ਦੇ ਕੋਈ ਡੱਚ ਦਾ ਕਰਾਸ ਹੈ ਸੁਬਾ ਦੂਸਰਾ ਮਾਸ਼ਾਅੱਲਾ ਜੀ ਕਾਦਾ ਵਰੇ ਕੰਨ ਛੋਟੇ ਨੇ ਥਣ ਸੋਹਣੇ ਦੋਹਰੇ ਲੱਗੇ ਨੇ 2-2 ਲੱਖ ਵਾਲੇ ਭਾਈ ਨਾਲ ਕਿਹਾ ਥਣ
8 ਲੱਖ ਦੇ ਫਿਰ ਖਾਣੀ ਹੋ ਗਏ ਲਿਆਓ ਭਾਈ ਬਰਦਾ ਕੇ ਮਾਸ਼ਾਅੱਲਾ ਜੀ ਤੇ ਚੁਆਈ ਦੀ ਕੀ ਹੋਈ ਹੈ ਪਹਿਲੀ ਚੁਆਈ 'ਚ ਕੋਈ 8-9 ਕਿਲੋ ਬੋਲੀ ਕੱਢੀ ਹੈ ਜੀ ਲਿਆਓ ਭਾਈ ਵੈਸ ਕੀ ਰੇਟ ਹੈ ਮਨ ਸਾਹਿਬ ਦਾ ਲਿਆਓ ਭਾਈ ਵੈਸ ਨਾ ਮੀਟਰ ਤੇ ਜ਼ਰਾ ਦੋਸਤਾਂ ਨੂੰ ਫਿਰ ਚੋਕਰਵਾ ਮਾਸ਼ਾਅੱਲਾ ਜੀ ਕਰਮ ਵਾਲੀ ਹੈ ਵੀ ਦੋਣੀ ਪਿੱਛੇ ਦੇ ਬੱਚੀ ਹੈ ਜੀ ਹੁਣ ਦੋਸਤਾਂ ਫਿਰ ਦੇਖ ਲੈਣੇ ਟੋਰ ਨੂੰ ਆਪਾਂ ਚੀਜ਼ ਹੀ ਨਵਾ ਪਈ ਰੇਟ ਵੀ ਉਹਦਾ ਸੋਨਾ ਚਾਹੀਏ ਲਓ ਜੀ ਸੋਨਾ ਜਿਹਾ ਰੇਟ ਦਾ ਮੱਛੀ ਭਾਈ ਦਾ ਜੀ 4.5-5 ਲੱਖ ਦੀ ਠੀਕ ਹੈ ਜਿਆਦਾ ਲੱਭੀ ਹੈ ਜਾਇਜ਼ ਹੀ ਦੇਣੀ ਹੈ ਨਾਲੇ ਮੁੱਲ ਵੀ ਨਾਲੇ ਇੱਕ ਹੋਰ ਗੱਲ ਜੇ ਜਿਸ ਤਰ੍ਹਾਂ ਦਾ ਮਾਲ ਪਾਉਂਦੇ ਨੇ ਲੋਕ ਇੱਕੋ ਤਰ੍ਹਾਂ ਦਾ ਪਾਈ ਜਾਂਦੇ ਨੇ ਮੈਂ ਹਰ ਕਿਸਮ ਦਾ ਮਾਲ ਰੱਖਿਆ ਥੱਲੇ ਵਾਲਾ ਵੀ ਉੱਤੇ ਵਾਲਾ ਉਸ ਉੱਤੇ ਵਾਲਾ ਵੀ ਮੁੱਲ ਵੇਖੋ ਇਹਦਾ 3,90,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਨੰਬਰ 5 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 3,90,000 ਮਜ਼ੀਦ ਕੁਛ ਨਾ ਕੁਛ ਪਿਆਰ ਮੁਹੱਬਤ ਕਰਨੀ ਵਿੱਚ ਇਨਸ਼ਾਅੱਲਾ 3,80 ਦੀ ਫਾਈਨਲ 3,80 ਹੋ ਗਿਆ ਫਿਰ 3,75 ਦਾ ਫੁੱਲੀ ਫਾਈਨਲ ਕਰ ਛੜੋ ਅੱਗੇ ਵੀ ਸਹੀ ਗੱਲ ਹੈ ਯਕੀਨ ਕਰੋ ਮੁੱਲ 4 ਵਾਲਾ ਅਸਲ ਜੀ 3,75 ਵੇਖੋ ਨਾ ਪੌਣੇ 4 3,75 ਮੁੱਲ ਬੜਾ ਥੱਲੇ ਕਰ ਰਿਹਾ ਚਲੋ ਕੁਛ ਨਹੀਂ ਹੁੰਦਾ 5,000 ਨਾਲ ਨਹੀਂ ਫਰਕ ਪੈਂਦਾ ਜੀ ਮਿਹਰਬਾਨੀ ਜੀ ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਭਾਈ ਸਾਹਿਬ ਦੋਸਤ ਆ ਗਏ ਤੇ ਗਿਲਾ ਕਰਦੇ ਨੇ ਆ ਕੇ ਜਾਨਵਰ ਵੇਖ ਜੇ ਤੇ ਜਿਹੜਾ ਦੋਸਤ ਬਿਆਨਾ ਕਰਾਏ ਉਹਦਾ ਜਾਨਵਰ ਤੇ ਆ ਕੇ ਗਿਲਾ ਨਹੀਂ ਕਰਨਾ ਜਿਹੜਾ ਵੇਖ ਕੇ ਜੀ ਮਲਕ ਸਾਹਿਬ ਬਹੁਤ ਸ਼ੁਕਰੀਆ ਜੀ ਉਮੀਦ ਕਰਨੇ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼